पंजाब दे मुख मंत्री नाल मीटिंग करन तो पहला किसान आगू जगजीत सिंह डल्लेवाल ने ऐलान कर दिता है कि मंगा ना मन्ने जाण दी सूरत विच 10 मई नूं सूबे दी राजधानी चंडीगढ़ विच किसान संघर्ष शुरू कर देणगे ते चंडीगढ़ नूं चौं पासियां तों घेरिया जाएगा। एक इंटरव्यू दौरान उन्होंने यह भी कहा कि सरकार किसानों नूं हर फसल ते MSP देवे। अलग अलग फसलां बीजण दीआं सलाहां तां ठीक है पर किसान नूं अपनी फसल विकण ते सही मुल मिलण दी गरंटी भी होवे। ਇਹ ਤਾਂ ਹੀ ਸੰਭਵ ਹੈ ਜੇਕਰ ਮੰਡੀਕਰਨ ਹੋਇਆ ਹੋਵੇਗਾ ਤੇ MSP ਤੇ ਗਾਰੰਟੀ ਹੋਵੇਗੀ। ਕਿਸਾਨਾਂ ਨੂੰ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ ਤੇ ਰਾਜ ਵਿੱਚ ਬਿਜਲੀ ਦੀ ਪੂਰੀ ਸਪਲਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਖ ਨਾ ਆਵੇ। ਕਿਸਾਨਾਂ ਦੀ ਖੇਤੀ ਤੇ ਝਾੜ ਘੱਟ ਹੋਣ ਤੇ ਸਰਕਾਰ ਮੁਆਵਜ਼ਾ ਦੇਵੇ। ਰਾਜ ਵਿੱਚ ਕੁਦਰਤੀ ਕਾਰਨਾਂ ਕਰਕੇ ਇਸ ਵਾਰ ਝਾੜ ਜਿਹੜਾ ਹੈ ਬਹੁਤ ਘੱਟ ਗਿਆ ਹੈ, ਸੋ ਹਰ ਇੱਕ ਕੁਇੰਟਲ ਤੇ ਘੱਟੋ ਘੱਟ 500 ਰੁਪਈਏ ਦਾ ਬੋਨਸ ਜਿਹੜਾ ਹੈ ਉਹ ਦਿੱਤਾ ਜਾਵੇ। ਖੇਤੀ ਲਈ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ 10 ਮਈ ਨੂੰ ਚੰਡੀਗੜ੍ਹ ਆ ਰਹੇ ਹਾਂ ਤੇ ਸੰਘਰਸ਼ ਸ਼ੁਰੂ ਕਰਾਂਗੇ, ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਬਿਨਾਂ ਸੰਘਰਸ਼ ਤੋਂ ਸਾਨੂੰ ਕਾਮਯਾਬੀ ਮਿਲੇਗੀ। ਇਸ ਲਈ ਜੇ ਲੋੜ ਪਈ ਤਾਂ ਸੂਬੇ ਦੀ ਰਾਜਧਾਨੀ ਨੂੰ ਚਾਰੇ ਪਾਸਿਓਂ ਘੇਰਿਆ ਜਾਵੇਗਾ। ਬਿਊਰੋ ਰਿਪੋਰਟ, ਦਾ ਖਾਲਸ TV।